ਇੱਕ ਤਰਫਾ ਪਿਆਰ ਚ ਪਾਗਲ ਪ੍ਰੇਮੀ ਦਾ ਖੌਫਨਾਕ ਕਾਰਾ। ਸਿਰਫਿਰੇ ਨੇ ਮਹਿਲਾ ਤੇ ਕੀਤਾ ਤੇਜ਼ਾਬ ਨਾਲ ਹਮਲਾ। ਪੁਲਿਸ ਜਲਦ ਦਰਿੰਦੇ ਨੂੰ ਕਾਬੂ ਕਰਨ ਦਾ ਕਰ ਰਹੀ ਦਾਵਾ। ਚਿਹਾਰਾ ਬੁਰਾਫੂਲ ਦੇ ਪੁੱਛੋ ਮੰਡੀ ਤੋਂ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਵਿਆਹੀ ਹੋਈ ਮਹਿਲਾ ਦੇ ਪਿਆਰ ਚ ਅੰਨੇ ਹੋਏ ਇੱਕ ਸਿਲਫਰੇ ਸੱਗੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਤੇ ਤੇਜ਼ਾਬੀ ਹਮਲਾ ਕਰ ਦਿੱਤਾ। ਫਿਲਹਾਲ ਪੀੜਤਾ ਹਸਪਤਾਲ ਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ ਜਿਸ ਨੌਜਵਾਨ ਨੇ ਉਸ ਤੇ ਹਮਲਾ ਕੀਤਾ ਉਹ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਗੁਆਂਢੀਆਂ ਦੇ ਘਰ ਕੁਝ ਕੰਮ ਕਰਨ ਦੇ ਲਈ ਆਇਆ ਸੀ, ਜਿਸ ਤੋਂ ਬਾਅਦ ਤੋਂ ਹੀ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗਾ। ਜਿਵੇਂ ਸਕੂਲ ਕੋਲੋਂ ਆਏ ਨੇ ਬੱਚੇ ਨੂੰ ਲੈ ਕੇ ਤੇ ਮੂਹਰੇ ਤਿੰਨ ਜਾਣੇ ਆਉਂਦੇ ਸੀਗੇ ਮੋਟਰਸਾਈਕਲ ਤੇ ਪੂਰਾ ਦਵੱਲਿਆ। ਮੈਂ ਬੇਟੇ ਨੂੰ ਆਖਿਆ ਬੇਟੇ ਕੋਈ ਪਾਸੇ ਹੋ ਜਾਏ ਮੂਹਰੇ ਲੰਘ ਗਿਆ। ਕਹਿੰਦਾ ਮਾਮੀ ਮੈਂ ਮੂਹਰੇ ਲੰਘ ਗਿਆ। ਮੈਂ ਪਿੱਛੇ ਭੌਂ ਕੇ ਦੇਖਿਆ ਜੇ ਮੈਂ ਨਾਲ ਲਾ ਲਿਆ ਮੋਟਰਸਾਈਕਲ ਤੇ ਮੈਂ ਪਿੱਛੇ ਭੌਂ ਕੇ ਦੇਖਿਆ ਤੇ ਉਹਨੇ ਮੇਰੇ ਸੀਸੀ ਡੋਲਤੀ ਹੱਥ ਮੂੰਹ ਤੇ। ਉਦੋਂ ਬਾਅਦ ਤੜਫਣ ਲੱਗ ਗਈ, ਮੇਰਾ ਪਿੰਡਾ ਸਾਰਾ ਜਲਨ ਕਰਨ ਲੱਗ ਗਿਆ ਜੀ। ਧਮਕੀ ਦਿੰਦੇ ਜੀ, ਕਹਿੰਦਾ ਜ਼ਬਰਦਸਤੀ ਮੇਰੇ ਨਾਲ ਗੱਲ ਕਰ। ਮੈਂ ਗੱਲ ਕਰਦੀ ਨਹੀਂ ਸੀ, ਇਹ ਜੀ ਬੋਰ ਕਰਦੇ ਹੁੰਦੇ ਸੀ ਇੱਥੇ ਸਾਡੇ ਘਰ ਕੋਲ। ਦੱਸਿਆ ਜਾ ਰਿਹਾ ਕਿ ਜਦੋਂ ਪੀੜਤਾ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਦੇ ਲਈ ਜਾ ਰਹੀ ਸੀ ਤਾਂ ਮੁਲਜ਼ਮ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਸ ਤੇ ਐਸਿਡ ਅਟੈਕ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਅਨਨੋਨ ਬੰਦੇ ਜਿਨ੍ਹਾਂ ਨੇ ਤੇਜ਼ਾਬ ਪਾਇਆ ਨੇ, ਅਸੀਂ ਇੱਥੇ ਆਏ ਹਾਂ। ਸੋ ਇਸ ਮਾਮਲੇ ਦੇ ਵਿੱਚ ਅਸੀਂ ਪ੍ਰੋਪਰ ਤਫਤੀਸ਼ ਕਰ ਰਹੇ ਹਾਂ, ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਪਰਚੇ ਦਰਜ ਕਰਕੇ ਤੇ ਕਾਰਵਾਈ ਕਰਾਂਗੇ। ਇਸ ਹਮਲੇ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਹੈ। ਇਹ ਮੰਗ ਕਰ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ, ਇਹਨਾਂ ਦੇ ਖਿਲਾਫ ਅਜੀ ਸਖਤ ਕਾਰਵਾਈ ਕੀਤੀ ਜਾਏ ਕਿ ਜੇਕਰ ਮੁੜ ਕੋਈ ਕਿਸੇ ਮਹਿਲਾ ਦੀ ਜ਼ਿੰਦਗੀ ਇਸ ਤਰ੍ਹਾਂ ਦੇ ਨਾਲ ਤਬਾਹ ਕਰਨ ਦੀ ਸੋਚੇ ਤਾਂ ਉਸਦੀ ਰੂਹ ਕੰਬ ਉੱਠੇ। ਉੱਥੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੁਲਜ਼ਮ ਜਲਦ ਉਹਨਾਂ ਦੀ ਗ੍ਰਿਫਤ 'ਚ ਹੋਣਗੇ। ਪੁੱਛੋ ਮੰਡੀ ਤੋਂ ਉਮੇਸ਼ ਸਿੰਗਲਾ ਦੀ ਰਿਪੋਰਟ, ETC News।